ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ YouTube ਚੈਨਲ InfoVidg ਇਹਦੇ ਵਿੱਚ ਦੋਸਤੋ ਪੰਜਾਬ ਸਿੱਖਿਆ ਬੋਰਡ ਵੱਲੋਂ ਇੱਕ ਲੈਟਰ ਜਾਰੀ ਹੋਇਆ ਹੈ ਜਿਹਦੇ ਵਿੱਚ ਉਹਨਾਂ ਨੇ ਸਮਾਂ ਸਾਰਣੀ ਦਿੱਤੀ ਹੋਈ ਹੈ ਯਾਨੀ ਸਮੇਤ ਜਿਹੜਾ ਸ਼ਡਿਊਲ ਹੈ ਉਹ ਦੱਸਿਆ ਗਿਆ ਹੈ ਤਾਂ ਉਸ ਤੋਂ ਬਾਅਦ ਜਿਹੜੀਆਂ ਛੁੱਟੀਆਂ ਹੋਣੀਆਂ ਨੇ ਗਰਮੀ ਦੀਆਂ ਕਿਉਂਕਿ ਅੱਜ ਕੱਲ ਜਿਹੜੀ ਗਰਮੀ ਪੈ ਰਹੀ ਹੈ ਉਹ ਬਹੁਤ ਹੀ ਖਤਰਨਾਕ ਪੈ ਰਹੀ ਹੈ ਲੂਹਾ ਵਗਰੀਆਂ ਨੇ ਉਹਨਾਂ ਨੂੰ ਧਿਆਨ ਚੇਤੇ ਰੱਖਦੇ ਹੋਏ ਠੀਕ ਹੈ ਦੋਸਤੋ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਪਰ ਉਹ ਕੀ ਫੈਸਲਾ ਤੁਹਾਨੂੰ ਸੁਣਾਉਣ ਆ ਰਹੇ ਹਾਂ ਦੋਸਤੋ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਇਹ ਦੇਖੋ ਦੋਸਤੋ ਪੰਜਾਬ ਨੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਵਾਧਦੀ ਹੋਈ ਗਰਮੀ ਤੇ ਲੂ ਦੀ ਤਪਤ ਤਪਸ਼ ਨੂੰ ਦੇਖਦੇ ਹੋਏ ਸਕੂਲਾਂ ਦੇ ਸਮੇਂ 'ਚ ਇਹ ਬਦਲਾਅ ਕੀਤਾ ਹੈ ਵੇਰਵੇ ਅਨੁਸਾਰ ਪ੍ਰਾਇਮਰੀ ਸਕੂਲ ਸਵੇਰੇ 7 ਵਜੇ ਤੋਂ 11 ਵਜੇ ਲੱਗਣਗੇ ਉਰੇ ਧਿਆਨ ਦੇਣ ਵਾਲੀ ਗੱਲ ਹੈ ਦੋਸਤੋ ਪ੍ਰਾਇਮਰੀ ਸਕੂਲ ਦੀ ਗੱਲ ਹੋ ਰਹੀ ਹੈ ਪ੍ਰਾਇਮਰੀ ਸਕੂਲ ਸਵੇਰੇ 7 ਵਜੇ ਤੋਂ 11 ਵਜੇ ਤੱਕ ਲੱਗਣਗੇ ਸਕੈਂਡਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 12:30 ਵਜੇ ਤੱਕ ਹੋਏਗਾ ਇਹ ਸਮਾਂ 2 ਮਈ ਤੱਕ ਤੋਂ ਲਾਗੂ ਹੋਏਗਾ ਯਾਨੀ 2 ਮਈ ਤੋਂ ਲੈ ਕੇ ਇਹ 15 ਮਈ ਤੱਕ ਹੋਏਗਾ ਯਾਨੀ 14 ਮਈ ਤੱਕ ਠੀਕ ਹੈ ਜੀ ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਛੁੱਟੀਆਂ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਜਿਸ ਅਨੁਸਾਰ 15 ਮਈ ਤੋਂ 30 ਜੂਨ ਤੱਕ ਹੋਣਗੀਆਂ ਠੀਕ ਹੈ ਜੀ ਛੁੱਟੀਆਂ ਕਦੋਂ ਹੋਣਗੀਆਂ ਜੀ 15 ਮਈ ਤੋਂ 30 ਜੂਨ ਤੱਕ ਹੋਣਗੀਆਂ ਵਿਦਿਆਰਥੀ ਨੋਟ ਕਰਨ ਕਿ 16 ਮਈ ਤੋਂ 16 ਮਈ ਤੋਂ 31 ਮਈ ਤੱਕ ਔਨਲਾਈਨ ਕਲਾਸਾਂ ਲੱਗਣਗੀਆਂ ਯਾਨੀ ਜਿਹੜਾ ਮਈ ਦਾ ਅੱਧਾ ਮਹੀਨਾ ਜੀ ਉਹਦੇ ਵਿੱਚ ਕਲਾਸਾਂ ਔਨਲਾਈਨ ਲੱਗਣਗੀਆਂ ਉਸ ਤੋਂ ਬਾਅਦ ਜਿਹੜਾ ਜੂਨ ਦਾ ਮਹੀਨਾ ਉਹ ਪੂਰਾ ਇੱਕ ਮਹੀਨਾ ਛੁੱਟੀਆਂ ਦਾ ਹੈ ਤਾਂ ਦੋਸਤੋ ਇਹ ਛੋਟੀ ਜਿਹੀ ਅਪਡੇਟ ਸੀ ਜੋ ਸੋਚਿਆ ਤੁਹਾਡਾ ਨਾਲ ਸਾਂਝੀ ਕੀਤੀ ਜਾਵੇ ਧੰਨਵਾਦ ਦੋਸਤੋ ਜੈ ਹਿੰਦ